ਅਸੀਂ ਤੁਹਾਡੀਆਂ ਮੋਟਰਾਂ ਗੱਡੀਆਂ ਤੋੜਨੀਆਂ ਤੇ ਸਾਡੇ ਘਰੇ ਮੁੰਡਾ ਮਰਿਆ ਸੀ, ਬੈਠਣ ਵੀ ਨੀ ਆਈ ਤੁਸੀਂ। ਬਹੁਤ ਮਦਦ ਕਰੀ ਹੈ ਤੁਹਾਡੀ, ਅਸੀਂ ਬਹੁਤ ਜ਼ਿਆਦਾ ਮਦਦ ਕਰੀ ਹੈ, ਦਿਨੋਂ ਲਾ ਕੇ ਕਰੀ ਸੀਗੀ। ਲੋਕ ਸਭਾ ਚੋਣਾਂ ਨੇੜੇ ਆਉਂਦੇ ਹੀ ਸਾਰੀਆਂ ਪਾਰਟੀਆਂ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ, ਚਾਹੇ ਪਾਰਟੀਆਂ ਦੇ ਵਿਧਾਇਕ ਹੋਣ ਜਾਂ ਫਿਰ ਆਗੂ। ਸਾਰੀਆਂ ਪਾਰਟੀਆਂ ਲੋਕਾਂ 'ਚ ਵਿਚਰਨੀਆਂ ਸ਼ੁਰੂ ਹੋ ਚੁੱਕੀਆਂ ਨੇ। ਇਸੇ ਦੌਰਾਨ ਆਮ ਆਦਮੀ ਪਾਰਟੀ ਦੀ ਬਠਿੰਡਾ ਦਿਹਾਤੀ ਤੋਂ ਵਿਧਾਇਕ ਰੁਪਿੰਦਰ ਰੂਬੀ ਪਿੰਡ ਪਿੰਡ ਪ੍ਰਚਾਰ ਕਰਨ ਨਿਕਲੀ, ਜਿੱਥੇ ਉਹਨਾਂ ਦਾ ਲੋਕਾਂ ਵੱਲੋਂ ਸਖ਼ਤ ਵਿਰੋਧ ਦੇਖਣ ਨੂੰ ਮਿਲਿਆ। ਲੋਕਾਂ ਦੀ ਭੀੜ ਨੇ ਰੂਬੀ ਨੂੰ ਘੇਰਾ ਪਾ ਲਿਆ ਤੇ ਕੁਝ ਲੋਕਾਂ ਵੱਲੋਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ, ਜਿੱਥੇ ਰੂਬੀ ਵੱਲੋਂ ਵੀਡੀਓ ਨਾ ਬਣਾਉਣ ਦੀ ਗੱਲ ਆਖੀ। ਪਰ ਲੋਕ ਆਪਣੀ ਜਿੱਦ ਤੇ ਅੜੇ ਰਹੇ ਤੇ ਰੂਬੀ ਨੂੰ ਕਈ ਤਰ੍ਹਾਂ ਦੇ ਸਵਾਲ ਕਰਦੇ ਵੀ ਨਜ਼ਰ ਆਏ। ਵਾਇਰਲ ਹੋ ਰਹੀ ਹੈ ਵੀਡੀਓ ਬਠਿੰਡਾ ਦੇ ਪਿੰਡ ਝੁੰਬਾ ਦੀ ਦੱਸੀ ਜਾ ਰਹੀ ਹੈ। ਅਸੀਂ ਤੁਹਾਡੀਆਂ ਮੋਟਰਾਂ ਗੱਡੀਆਂ ਤੋੜਨੀਆਂ ਤੇ ਸਾਡੇ ਘਰੇ ਮੁੰਡਾ ਮਰਿਆ ਸੀ, ਬੈਠਣ ਵੀ ਨੀ ਆਈ ਤੁਸੀਂ। ਸਾਨੂੰ ਇੱਕ ਜਵਾਬ ਦਿਓ, ਸਾਰੇ ਪਿੰਡ ਨੂੰ ਪਤਾ ਕਿਉਂ ਨਹੀਂ? ਠੰਡ ਅਸੀਂ ਦਿੱਤਾ, ਗੱਡੀਆਂ ਅਸੀਂ ਤਰਾਈਆਂ। ਕਿਸਾਨ ਯੂਨੀਅਨ ਅਸੀਂ ਨਵਨੀਤ ਬਿੱਟੂ ਆਇਆ ਸੀ ਉੱਥੇ ਨਰਮੇ ਵੇਲੇ, ਕੋਈ ਬੰਦ ਕਰੋ, ਅਸੀਂ ਕੋਈ ਵੀ ਇੱਥੇ ਮਤਲਬ ਨਹੀਂ ਬੋਲਣ। ਬਹੁਤ ਮਦਦ ਕਰੀ ਹੈ ਤੁਹਾਡੀ, ਅਸੀਂ ਬਹੁਤ ਜ਼ਿਆਦਾ ਮਦਦ ਕਰੀ ਹੈ, ਦਿਨੋਂ ਲਾ ਕੇ ਕਰੀ ਸੀਗੀ। ਬਹੁਤ ਜ਼ਿਆਦਾ ਦਿਨੋਂ ਲਾ ਕੇ ਮਦਦ ਕਰੀ, ਦਿਨੋਂ ਲਾ ਕੇ ਸਾਡੇ 300 ਵੋਟ ਅਸੀਂ ਬਣਾਈ ਹੈ। ਅਸੀਂ ਬੋਲਣ ਨੀ ਦਿੰਦੇ, ਨਾ ਬੋਲਣ ਦੇ ਗਏ, ਨਾ ਇੱਥੇ ਬਣਨ ਦੇ ਗਏ। ਅਸੀਂ ਤੁਸੀਂ ਜੇ ਗੱਲ ਸਾਡੇ ਹਮਦਰਦੀ ਰੱਖਣੀ ਆ, ਉਹ ਠੇਕਾ ਪਿਆ ਉੱਥੇ ਬਾਰਸ਼ ਬਹਿ ਜਾਓ, ਅਸੀਂ ਸੁਣਨ ਗਿਆ, ਅਸੀਂ ਆਪਦੀ ਅੱਡ ਚਲਾ ਕੇ ਨਹੀਂ ਬਾਰਸ਼। ਅਸੀਂ ਸਾਡੀ ਜਿਹੜਾ ਵੀਰ ਜੀ ਅਸੀਂ ਬੇਨਤੀ ਕਰਦੇ ਹਾਂ, ਸਾਡੀ ਪਹਿਲੀ ਬੇਨਤੀ ਆ ਨਹੀਂ, ਅਸੀਂ ਇੱਥੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਾਡੇ ਚੈਨਲ ਵੱਲੋਂ ਇਸ ਦੀ ਜੜ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਤੇ ਜਿਵੇਂ ਹੀ ਵਿਧਾਇਕ ਰੂਬੀ ਨਾਲ ਫੋਨ ਤੇ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਸਾਫ਼ ਸ਼ਬਦਾਂ 'ਚ ਇਸ ਨੂੰ ਸਿਆਸੀ ਪਾਰਟੀਆਂ ਦਾ ਸਟੰਟ ਕਰਾਰ ਦੇ ਦਿੱਤਾ। ਕਿਹੜਾ ਪਿੰਡ ਸੀਗਾ ਜਿੱਥੇ ਹੰਗਾਮਾ ਕੀਤਾ ਲੋਕਾਂ ਨੇ? ਉਹ ਤਾਂ ਹੰਗਾਮਾ ਲੋਕਾਂ ਨੇ ਨਹੀਂ ਕੀਤਾ, ਉਹ ਕਿਸੇ ਪਾਰਟੀ ਦੇ ਲੋਕ ਸੀਗੇ, ਉਹ ਸਾਡੇ ਵਰਕਰ ਨਹੀਂ ਸੀ, ਮੇਰੇ ਵਲੰਟੀਅਰ ਤਾਂ ਮੇਰੇ ਨਾਲ ਹੀ ਸੀਗੇ ਸਾਰੇ, ਅਸੀਂ ਗਏ ਸੀ। ਉਹ ਸੀਗਾ ਜੀ ਠੇਕੇ ਦਾ ਰੌਲਾ, ਠੇਕਾ ਚ ਪਵਾਉਣਾ ਉੱਥੇ, ਪਰ ਕੀ
ਗੱਲ ਹੋਈ, ਹੁਣ ਜਦੋਂ ਮੈਂ ਆ ਗਈ ਉੱਥੇ, ਪੋਲੀਟੀਕਲ ਪਾਵਰ ਉੱਥੇ ਆ ਗਈ, ਉਹਨਾਂ ਨੇ ਕਿਵੇਂ ਨਾ ਕਿਵੇਂ ਕਰਕੇ ਚੁਕਵਾ ਦੇਣਾ। ਪਰ ਤੁਹਾਨੂੰ ਪਤਾ ਵਿੱਚੋਂ ਮਿਕਸ ਲੋਕ ਵੀ ਹੁੰਦੇ ਆ, ਨਹੀਂ ਵੀ ਚਾਹੁੰਦੇ ਹੁੰਦੇ, ਕੁਛ ਚਾਹੁੰਦੇ ਵੀ ਹੁੰਦੇ। ਪਿੰਡ ਕਿਹੜਾ ਜਿੱਥੇ, ਪਿੰਡ ਕਿਹੜਾ ਸੀਗਾ ਜਿੱਥੇ ਹੰਗਾਮਾ? ਝੁੰਬਾ ਸੀਗਾ, ਝੁੰਬਾ ਸੀ, ਉਹ ਝੁੰਬੇ ਪਿੰਡ ਦੇ ਲੋਕ ਨਾਲ ਹੀ, ਆਪਣੇ ਸਾਰੇ ਨਾਲ ਹੈ, ਵਲੰਟੀਅਰ ਵੀ ਨਾਲ ਹੈ। ਪਰ ਇਹ ਸੀਗਾ ਕਿਉਂਕਿ ਚੋਣਾਂ ਆ ਰਹੀਆਂ, ਦੂਜੀ ਪਾਰਟੀ ਦੇ ਲੋਕ ਸੀ ਜਿਹੜੇ ਰੌਲਾ ਪਾ ਰਹੇ ਸੀ, ਮੈਂ ਨਾਲ ਨੀ ਰਹਿੰਦੀ ਉਹਨਾਂ ਦਾ। ਔਰ ਦੂਸਰੀ ਗੱਲ, ਮੇਨ ਇੰਪੋਰਟੈਂਟ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਜਿਵੇਂ ਕਿ ਮੈਨੂੰ ਪਿੰਡ ਵਾਲਿਆਂ ਨੇ ਦੱਸਿਆ, ਜਿਹੜਾ ਉਹ ਠੇਕਾ ਹੈ ਨਾ, ਜਿਹੜੀ ਅਕਾਲੀ ਦਲ ਦੀ ਐਕਸ ਸਰਪੰਚ ਹੈ, ਉਹਦਾ ਠੇਕਾ, ਉਹਨੇ ਦਿੱਤੀ ਹੈ ਜ਼ਮੀਨ, ਉਹਦੀ ਜ਼ਮੀਨ ਤੇ ਉਹ ਠੇਕਾ ਬਣਿਆ। ਦੇਖੋ, ਇੱਕ ਪਾਸੇ ਤਾਂ ਕਹਿੰਦੇ ਜੀ ਅਸੀਂ ਅਕਾਲੀ ਦਲ ਵਾਲੇ ਹਾਂ, ਪੰਥਕ ਪੰਥਕ ਲੀਡਰ ਹੈ ਅਸੀਂ, ਦੂਸਰੇ ਪਾਸੇ ਉਹ ਲੇਡੀ ਵੀ ਹੈ, ਤੇ ਦੇਖੋ ਕਿਹੋ ਜਿਹੇ ਕੰਮ ਕਰ ਰਹੇ ਹੈ। ਜੇ ਉਹ ਚਾਹੁੰਦੀ, 2 ਸਾਲ ਪਹਿਲਾਂ ਮੈਂ ਖੁੱਲਿਆ ਹੋਇਆ, ਬੰਦ ਵੀ ਕਰਵਾ ਸਕਦੀ ਸੀ, ਪਰ ਨਹੀਂ ਕਰਵਾਉਣਾ, ਇਨਕਮ ਆਉਂਦੀ ਹੈ। ਕਾਫੀ ਜਣੇ ਇਹੋ ਜਿਹੇ ਸੀ ਜਿਹੜਾ ਤੁਹਾਡਾ ਵਿਰੋਧ ਵੀ ਕਰ ਰਹੇ ਸੀਗੇ ਕਿ ਤੁਸੀਂ। ਉਹ ਤਾਂ ਨਹੀਂ ਸੀ ਕਿ ਮੈਂ ਚਲੀ ਜਾਵਾਂ ਉੱਥੋਂ, ਫਿਰ ਠੇਕਾ ਨਾ ਬੰਦ ਹੋ ਜਾਂਦਾ। ਫਿਰ ਮੈਂ ਉਹਨਾਂ ਨੂੰ ਸਿਸਟਮ ਸਮਝਾ ਰਹੀ ਸੀ, ਭਾਈ ਹੁਣ ਚੋਣ ਜਾਬਤਾ ਲੱਗਿਆ, ਆਪਾਂ ਨੂੰ ਕੀ ਕਰਨਾ ਪੈਂਦਾ, ਆਪਾਂ ਸਰਪੰਚ ਸਾਹਿਬ ਕੋਲੇ ਚੱਲਦੇ ਹਾਂ। ਸਰਪੰਚ ਉੱਥੇ ਹੈਗੇ ਕਾਂਗਰਸ ਸੀ, ਉਹ ਉਹਨਾਂ ਕੋਲੇ ਵੀ ਨੀ ਜਾਣਾ ਚਾਹੁੰਦੇ ਸੀ। ਹੁਣ ਤੁਸੀਂ ਸਮਝ ਲਓ ਵੀ ਕਿਹੜੀ ਪਾਰਟੀ ਵਾਲੇ ਵਿਰੋਧ ਕਰ ਰਹੇ ਸੀ, ਕਹਿੰਦੇ ਸੀ ਸਰਪੰਚ ਕੋਲੇ ਵੀ ਨੀ ਜਾਣਾ ਗਾ। ਠੀਕ ਹੈ, ਉਹ ਮੈਂ ਕਿਹਾ ਵੀ ਆਪਾਂ ਨੂੰ ਪਹਿਲਾਂ ਲੈਟਰ ਪੈਡ ਤੇ ਲਿਖਾਉਣਾ ਪਊਗਾ, ਪੰਚਾਇਤ ਮਤਾ ਪਾਸ ਕਰਦੀ ਹੈ, 1 ਸਾਲ ਬਾਅਦ ਠੇਕਾ ਚੱਕਿਆ ਜਾਊਗਾ। ਜੇ ਉਹ ਠੇਕਾ ਮੇਨ ਹੈ, ਅਗਰ ਉਹ ਬ੍ਰਾਂਚ ਹੈ, ਉਹ 2-3 ਦਿਨ ਚੱਕ ਜਾਊਗੀ। ਉਹਦਾ ਉਹ ਗੱਲ ਸੁਣਨੀ ਨੀ ਚਾਹੁੰਦੇ ਸੀ, ਕਿਉਂਕਿ ਫਿਰ ਉਹ ਕੰਮ ਹੋ ਜਾਂਦਾ ਤੇ ਰੂਬੀ ਨੂੰ ਮਾਇਲੇਜ ਮਿਲ ਜਾਂਦਾ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਰੂਬੀ ਜੀ ਗੱਲ ਕਰਨ ਦੇ ਲਈ। ਇਸ ਵੀਡੀਓ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਲਾਈਵ ਹੋ ਕੇ ਇੱਕ ਵੀਡੀਓ ਬਣਾਈ ਗਈ, ਜਿਸ ਚ ਉਹਨਾਂ ਰੂਬੀ ਦੇ ਹੱਕ ਚ ਉਤਰਦਿਆਂ ਲਾਈਵ ਦਾ ਵਿਰੋਧ ਕੀਤਾ। ਸਤਿ ਸ੍ਰੀ ਅਕਾਲ ਵੀਰੋ, ਮੈਂ ਤੁਹਾਡਾ ਨਿੱਕੂ ਝੁੰਬਾ ਝੁੰਬੇ ਤੋਂ ਗੱਲ ਕਰ ਰਿਹਾ। ਇੱਕ MLA ਰੂਬੀ ਦੀ ਵੀਡੀਓ ਵਾਇਰਲ ਹੋ ਰਹੀ ਆ, ਕੱਲ ਦੀ ਕਿ ਪਿੰਡ ਝੁੰਬੇ ਚੋਂ ਉਹਨੂੰ ਭਜਾਇਆ ਗਿਆ। ਕੁਛ ਸਿਆਸੀ ਬੰਦੇ ਜਿਹੜੇ ਹੋਰ ਪਾਰਟੀਆਂ ਦੇ ਆ, ਉਹਨਾਂ ਨੇ ਇਹ ਵੀਡੀਓ ਬਣਾਈ ਆ ਵੀ ਰੂਬੀ ਨੂੰ ਪਿੰਡ ਚੋਂ ਪਿੰਡ ਦੇ ਲੋਕਾਂ ਨੇ ਭਜਾਇਆ ਗਿਆ। ਆਹ ਵੇਖੋ ਮੇਰੇ ਵੀਰੋ, ਆਹ ਸਾਰੇ ਪਿੰਡ ਦੇ ਲੋਕ ਖੜੇ ਆ। ਠੀਕ ਹੈ, ਇਹ ਮੈਂ ਤੁਹਾਨੂੰ ਮਸਲਾ ਦੱਸਦਾ। ਪਿੰਡ ਵਿੱਚ ਧਰਨਾ ਲਾਇਆ ਗਿਆ ਸੀ ਕਿਸਾਨ ਯੂਨੀਅਨ ਵੱਲੋਂ। ਠੀਕ ਹੈ, ਵੀ ਪਿੰਡ 'ਚੋਂ ਠੇਕਾ ਚੁਕਾਉਣ ਦਾ ਮਸਲਾ ਸੀਗਾ, ਅਤੇ ਇਹ ਜਦੋਂ ਅਸੀਂ MLA ਮੈਡਮ ਨੂੰ ਸੱਦਿਆ ਪਿੰਡ ਦੇ ਵਿੱਚ ਠੇਕਾ ਚੁਕਾਉਣ ਵਾਸਤੇ, ਤਾਂ ਪਿੰਡ ਦੇ ਜਿਹੜੇ ਸਿਆਸੀ ਬੰਦੇ ਉੱਥੇ ਸੀਗੇ, ਉਹਨਾਂ ਨੇ ਉਹਨਾਂ ਨੂੰ ਜਾਣ ਕੇ ਨਕਾਰਿਆ, ਉਹਨਾਂ ਦੀ ਗੱਲ ਨਹੀਂ ਸੁਣੀ। ਠੀਕ ਹੈ, ਕਿਉਂਕਿ ਉਹ ਚਾਹੁੰਦੇ ਸੀ ਵੀ ਵੋਟਾਂ ਦਾ ਟਾਈਮ ਹੈ, ਜੇ ਰੂਬੀ ਨੇ ਠੇਕਾ ਚੁਕਾਤਾ ਤਾਂ ਸਾਰੇ ਪਿੰਡ 'ਚੋਂ ਵੋਟਾਂ ਉਹਨੂੰ ਜਾਣਗੀਆਂ। ਠੀਕ ਹੈ, ਉਹ 86 ਲੱਖ ਲਾਉਣਾ ਚਾਹੁੰਦੇ ਸੀ ਇਸ ਗੱਲ ਦਾ। ਰੂਬੀ ਮੈਡਮ ਪਹਿਲਾਂ ਵੀ ਉਹਦੇ ਵਿੱਚ ਕਹਿ ਰਹੀ ਆ, ਰੂਬੀ ਮੈਡਮ ਪਿੰਡ 'ਚ ਨਹੀਂ ਆ ਰਹੀ। ਠੀਕ ਹੈ, ਲੋਕਾਂ ਦੀ ਮਦਦ ਨਹੀਂ ਕਰ ਰਹੀ। ਮੈਂ ਹੁਣ ਦੱਸਦਾ, ਪਹਿਲਾਂ ਵੀ ਉਹ ਪਿੰਡ 'ਚ ਆ ਰਹੇ ਆ, ਹੁਣ ਵੀ ਆਉਣਗੇ ਅਤੇ ਅੱਜ ਵੀ ਆਉਣਗੇ। ਉਹ ਗਰੀਬ ਲੜਕੀਆਂ ਦਾ ਵਿਆਹ ਵੀ ਕਰ ਰਹੇ ਆ। ਠੀਕ ਹੈ, ਆਹ ਪਿੰਡ ਦੇ ਲੋਕ ਖੜੇ ਆ, ਇਹ ਵੀ ਤੁਹਾਨੂੰ ਦੱਸ ਦੇਣਗੇ ਵੀ ਪਹਿਲਾਂ ਵੀ ਲੋਕਾਂ ਕੋਲ ਮੈਡਮ ਆ ਰਹੇ ਆ। ਠੀਕ ਹੈ, ਦੁੱਖ ਸੁੱਖ ਲੋਕਾਂ ਦਾ ਵੰਡਾਉਂਦੇ ਆ। ਠੀਕ ਆ, ਇਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਉਹ ਵੀਡੀਓ ਜਮਾਂ ਫੇਕ ਆ, ਉਹ ਕੋਈ ਗੱਲ ਹੋਰ ਸੀ, ਉਹ ਲੋਕ ਗੱਲ ਕੁਛ ਹੋਰ ਕਰ ਰਹੇ ਆ। ਜਿਹੜੀ ਗੱਲ ਮੇਨ ਸੀਗੀ ਉਹ ਸੀਗੀ ਠੇਕੇ ਦੀ, ਠੇਕਾ ਚੁਕਾਉਣ ਪ੍ਰਤੀ ਉਹਨਾਂ ਨੇ ਬੁਲਾਇਆ ਸੀਗਾ, ਪਰ ਉਹਨਾਂ ਨੇ ਠੇਕੇ 'ਤੇ ਗੱਲ ਨਹੀਂ ਕੀਤੀ, ਉਹਨਾਂ ਨੇ ਗੱਲ ਹੋਰ ਪਾਸੇ ਲੈ ਲਈ। ਕਿਉਂਕਿ ਉਹ ਬੰਦੇ ਠੇਕਾ ਪਤਾ ਨਹੀਂ ਚੁਕਾਉਣਾ ਨਹੀਂ ਚਾਹੁੰਦੇ ਸੀ, ਜਾਂ ਕੁਛ ਹੋਰ ਕੋਈ ਉਹਨਾਂ ਨੂੰ ਕਿਸੇ ਪਾਰਟੀ ਵੱਲੋਂ ਕੁਛ ਕੀਤਾ ਗਿਆ ਸੀ ਵੀ ਤੁਸੀਂ ਇਹ ਗੱਲ ਕਰੋ, ਠੀਕ ਹੈ, ਉਹਦਾ ਵਿਰੋਧ ਕਰੋ। ਪਰ ਰੂਬੀ ਮੈਡਮ ਚੁਕਾਉਣ ਆਏ ਸੀ। ਠੀਕ ਹੈ, ਅਸੀਂ ਅੱਜ ਵੀ ਚੁਕਾਉਣ ਦੇ ਹੱਕ 'ਚ ਹਾਂ, ਪਰ ਉਹ ਨਹੀਂ ਚੁਕਾਉਣਾ ਚਾਹੁੰਦੇ। ਠੀਕ ਹੈ, ਆਹ ਪਿੰਡ ਦੇ ਲੋਕ ਖੜੇ ਆ, ਮੈਂ ਤੁਹਾਨੂੰ ਦਿਖਾ ਦਿੰਦਾ, ਆਹ ਵੇਖੋ, ਇਹਨਾਂ ਦੀ ਵੀ ਮਦਦ ਕੀਤੀ ਹੈ ਸਾਰੇ ਲੋਕਾਂ ਦੀ ਮੈਡਮ ਰੂਬੀ ਨੇ। ਅੱਜ ਵੀ ਆਉਣਗੇ, ਅਸੀਂ ਉਦੋਂ ਵੀ ਲਾਈਵ ਹੋਵਾਂਗੇ। ਲੋਕਾਂ ਦੀ ਬਹੁਤ ਮਦਦ ਕੀਤੀ ਆ ਰੂਬੀ ਮੈਡਮ ਨੇ, ਅਤੇ ਇਹ ਮੈਂ ਕਹਿਣਾ ਚਾਹੁੰਦਾ ਵੀ ਇਹ ਲੋਕ ਆ ਜਿਹੜੇ ਇਹ ਜਾਣ ਕੇ ਅਫਵਾਹਾਂ ਡਾ ਰਹੇ ਆ, ਤੁਸੀਂ ਇਹਨਾਂ ਦੀਆਂ ਗੱਲਾਂ 'ਚ ਨਾ ਆਓ। ਅਤੇ ਮੈਡਮ ਬਹੁਤ ਵਧੀਆ ਕੰਮ ਕਰ ਰਹੇ ਆ ਹਲਕੇ 'ਚ, ਆਹ ਮੈਂ ਤੁਹਾਨੂੰ ਮਿਲਾਉਣਾ। ਦੱਸੋ ਮਾੜਾ ਜੀ, ਆਉਂਦੀ ਜਾਂਦੀ ਹੈ ਵਧੀਆ ਵਧੀਆ ਆਉਂਦੀ ਜਾਂਦੀ, ਇਹਨਾਂ ਦੀ ਮਦਦ ਵੀ ਕੀਤੀ ਆ, ਇਹ ਗਰੀਬ ਪਰਿਵਾਰ ਆ, ਇਹਨਾਂ ਦੇ ਵਿਆਹ 'ਚ ਮਦਦ ਕੀਤੀ ਆ। ਠੀਕ ਆ, ਆਹ ਹੋਰ ਵੀ ਸਾਰੇ ਬੰਦੇ ਨਾਲ ਖੜੇ ਆ, ਪੂਰਾ ਸਾਥ ਦਿੰਦੇ ਆ ਮੈਡਮ ਪਿੰਡ ਵਾਲਿਆਂ ਦਾ, ਤੁਹਾਨੂੰ ਪਤਾ ਆ ਲੇਡੀਜ਼ ਖੜੀਆਂ ਪਿੱਛੇ। ਠੀਕ ਹੈ,
ਇਸ ਲਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਲੋਕਾਂ ਦੀਆਂ ਅਫਵਾਹਾਂ 'ਚ ਨਾ ਆਓ। ਇਹ ਜਾਣ ਕੇ ਇਹ ਵੀਡੀਓ ਬਣਾਈ ਗਈ ਹੈ ਅਤੇ ਨੈੱਟ 'ਤੇ ਪਾਈ ਗਈ ਆ। ਇਹ PTC ਨਿਊਜ਼ ਵਾਲਿਆਂ ਨੂੰ ਕਿ ਇਹ ਕਹਿਣ ਦੀ ਕੀ ਲੋੜ ਸੀ ਵੀ ਇਹ ਮੈਡਮ ਨੂੰ ਦਵਲਿਆ ਗਿਆ ਇੱਥੋਂ। ਉਹਨਾਂ ਨੇ ਸਹੀ ਦਿਖਾਉਣਾ ਸੀਗਾ ਵੀ ਇੱਥੋਂ ਠੇਕਾ ਚੁਕਾਉਣ ਵਾਸਤੇ ਆਏ ਸੀ ਅਤੇ ਲੋਕਾਂ ਨੇ ਜਾਣ ਬੁੱਝ ਕੇ ਦੂਜੀਆਂ ਪਾਰਟੀਆਂ ਨੇ ਇਹਨਾਂ ਨੂੰ ਉੱਥੋਂ ਕਿਹਾ ਗਾ ਵੀ ਤੁਸੀਂ ਜਾਓ, ਉਹਨਾਂ ਦੀ ਗੱਲ ਨਹੀਂ ਸੁਣੀ ਗਈ। ਠੀਕ ਹੈ, ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਉਹ ਵੀਡੀਓ ਜਿਹੜੀ ਪਾਈ ਗਈ ਆ ਉਹ ਜਾਣ ਕੇ ਕੋਈ ਹੋਰ ਵੀਡੀਓ ਸੀ, ਹੋਰ ਬਣਾ ਕੇ ਪਾਈ ਗਈ ਹੈ। ਇਸ ਲਈ ਲੋਕਾਂ ਦੀਆਂ ਅਫਵਾਹਾਂ 'ਚ ਨਾ ਆਓ। ਮੈਡਮ ਬਹੁਤ ਵਧੀਆ ਪਿੰਡਾਂ 'ਚ ਕੰਮ ਕਰ ਰਹੇ, ਮੈਂ ਝੁੰਬੇ ਪਿੰਡ ਤੋਂ ਬੋਲ ਰਿਹਾ ਜਿਹੜੀ ਵੀਡੀਓ ਲੀਕ ਹੋਈ ਸੀ। ਧੰਨਵਾਦ। ਚੋਣਾਂ ਸਮੇਂ ਇਸ ਵੀਡੀਓ ਦਾ ਵਾਇਰਲ ਹੋਣਾ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ 'ਚ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਦੇ ਸਕਦਾ ਹੈ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ। अब किसानों के हाथ मिनी NS-29 का साथ। पच्चीस साल के तजुर्बे के बाद लेकर आई है मिनी NS-29। आधुनिक तकनीक से लैस है ये कंबाइन। मिनी NS-29 जिसमें है 2 मीटर का बेहतरीन कटर, मिनी NS-29 में है 135 लीटर का डीजल टैंक। अगर बात करें टूल बॉक्स की तो इसमें है 2 टूल बॉक्स। हम आपके लिए लेके आए हैं मिनी NS मशीन, जिसके काफ़ी सारे आपको बेनिफिट्स हैं किसानों को, किसान भाइयों को। जैसे कि आजकल देख रहे हैं कि खेत छोटे हो रहे हैं, रास्ते छोटे हो रहे हैं, इन चीज़ों को ध्यान में रखते हुए हमने एक नया प्रोडक्ट तैयार किया है जिसका नाम है मिनी NS-29। इस मॉडल में हमने 76 हॉर्स पावर का इंजन यूज़ किया है, जिसकी फ्यूल कंजम्पशन भी काफ़ी अच्छी है, 5 लीटर पर हावर्स के हिसाब से है। छोटे छोटे खेत काटने के लिए भी ज़्यादा अच्छा इसका बेटर रिस्पॉन्स है। और हार्वेस्टिंग की बात करें तो 1 घंटे में 2 से 2.25 एकड़ के आसपास ये गेहूं की कटाई करती है। इस मशीन से आप गेहूं की, धान की, सोयाबीन, चने और मूंग, सरसों, ये सब फसलों की आप कटाई कर सकते हो। कि इस मशीन के अंदर अटैचमेंट जो है, थ्रेशिंग सिस्टम जो है, वो बड़ी मशीन वाला ही है। कई बेनिफिट किसान भाइयों के लिए इसके ये भी हैं कि इसका जो रेट ऑफ वैल्यू है वो बड़ी मशीनों से कम है। ये आपके बजट की गाड़ी है। इसको चलाने के लिए ऑपरेटर टीम की आपको ज़्यादा ज़रूरत नहीं है, एक ही ड्राइवर बिल्कुल पूरे दिन पूरे आराम से ये गाड़ी को चला सकता है। इसमें जो सीप सिस्टम है, क्लीनिंग सिस्टम है, वो भी बड़ी मशीन वाला ही है। डबल सीप इसके अंदर हमने यूज़ किया है ताकि जो कि गेहूँ की, धान की जो भी फसल हम काट दें उसकी सफाई अच्छे तरीके से हो सके। कैपेसिटी की बात करें तो इसके अंदर 10 क्विंटल गेहूँ की टैंक की कैपेसिटी है। किसान भाइयों के लिए मैं ये भी बात कहना चाहूँगा कि आप इस छोटी मिनी मशीन को यूज़ करें। मैं किसान भाइयों को रिक्वेस्ट करता हूँ, जहाँ आपने बड़ी गाड़ी यूज़ की है वहाँ छोटी गाड़ी मीनिंग NS-29 यूज़ कीजिए, आपको बहुत ज़्यादा बेनिफिट देगी। सत श्री अकाल दोस्तों, मैं प्रदीप सिंह मुक्तसर तो NS कंबाइन खरीदी है। इस तरह इस तो पहला मेरे एक दोस्त ने मानसा तो NS कंबाइन खरीदी सी, तो उसने मैनू गाइड किया इससे बड़ी मशीन और इसके खर्चे बहुत घट ने, तो डीजल खपत वगैरह तो छोटे रस्तियों तो का बेनीफिट है। इस विच उन्हें मैंने गाइड किया, इस बार इस मैं भी इसमें यूज़ कर रहा, तो उम्मीद करता हाँ कि इसका मैनू भी वधिया बेनीफिट मिलेगा।